ਸੁਪਰੀਮ ਕੋਰਟ ਨੇ ਜੁਲਾਈ 'ਚ ਕਰਨਾਟਕ ਦੀ ਯੇਦੀਯੁਰੱਪਾ ਸਰਕਾਰ ਦੇ ਗਠਨ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ 17 ਅਯੋਗ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਜਿੱਥੇ ਵਿਧਾਨ ਸਭਾ ਸਪੀਕਰ ਵੱਲੋਂ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੇ ਫੈਸਲੇ ਨੂੰ ਉਚਿਤ ਠਹਿਰਾਇਆ ਹੈ, ਉੱਥੇ ਹੀ ਅਦਾਲਤ ਨੇ ਬਾਕੀ ਵਿਧਾਇਕਾਂ ਨੂੰ ਰਾਹਤ ਦਿੰਦਿਆਂ ਜ਼ਿਮਨੀ ਚੋਣਾਂ ਲੜਨ ਦੀ ਇਜਾਜ਼ਤ ਵੀ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਕਰਨਾਟਕ ਵਿਧਾਨ ਸਭਾ ਦੇ ਸਪੀਕਰ KR ਰਮੇਸ਼ ਕੁਮਾਰ ਵੱਲੋਂ ਦਲ ਬਦਲੂ ਕਾਨੂੰਨ ਦੇ 10ਵੇਂ ਅਧਿਆਏ ਦੇ ਮੁਤਾਬਕ 17 ਵਿਧਾਇਕਾਂ ਨੂੰ ਅਯੋਗ ਕਰਾਰ ਦੇ ਫੈਸਲੇ ਨੂੰ ਉਚਿਤ ਠਹਿਰਾਇਆ ਹੈ, ਪਰ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਯੋਗਤਾ ਅਨਿਸ਼ਚਿਤ ਕਾਲ ਲਈ ਨਹੀਂ ਹੋ ਸਕਦੀ। ਜਸਟਿਸ NV ਰਮਨ, ਸੰਜੀਵ ਖੰਨਾ ਅਤੇ ਕ੍ਰਿਸ਼ਨ ਮੋਰਾਰੀ ਦੀ 3-ਮੈਂਬਰੀ ਬੈਂਚ ਨੇ ਕਿਹਾ ਕਿ ਇਹ ਵਿਧਾਇਕ 5 ਦਸੰਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਲੜ ਸਕਦੇ ਹਨ ਅਤੇ ਜੇਕਰ ਉਹ ਜਿੱਤਦੇ ਹਨ ਤਾਂ ਮੰਤਰੀ ਵੀ ਬਣ ਸਕਦੇ ਹਨ। ਬੈਂਚ ਨੇ ਕਿਹਾ ਕਿ ਲੋਕਾਂ ਨੂੰ ਸਥਾਈ ਸਰਕਾਰ ਦੇ ਹੱਕ ਤੋਂ ਸੱਖਣੇ ਨਹੀਂ ਕੀਤਾ ਜਾ ਸਕਦਾ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਰਨਾਟਕ ਦੇ ਮੁੱਖ ਮੰਤਰੀ BS ਯੇਦੀਯੁਰੱਪਾ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਨ ਅਤੇ ਹੁਣ ਉਹ ਸਾਰੇ ਵਿਧਾਨ ਸਭਾ ਖੇਤਰਾਂ ਵਿੱਚ ਜਾਣਗੇ ਅਤੇ ਜ਼ਿਮਨੀ ਚੋਣਾਂ ਵਿੱਚ ਭਾਜਪਾ 101% ਦੀ ਜਿੱਤ ਹਾਸਲ ਕਰੇਗੀ। ਆਈ ਵੈਲਕਮ ਪਟੀਸ਼ਨ ਆਫ ਦਾ ਸੁਪਰੀਮ ਕੋਰਟ ਦੇ ਆਰ ਗਿਵਨ ਦਾ ਵਰਡਿਕਟ ਆਲ 17 MLAs ਦੇ ਕੈਨ ਕੰਟੈਸਟ ਫਾਰ ਇਲੈਕਸ਼ਨਸ। ਆਈ ਵੈਲਕਮ ਦਿਸ ਡਿਸੀਜਨ ਐਂਡ ਫਰੋਮ ਟੁਮਾਰੋ ਆਨਵਰਡਸ ਵੀ ਆਰ ਗੋਇੰਗ ਟੂ ਗੋ ਆਲ ਆਊਟ ਟੂ ਆਲ ਦਾ ਅਸੈਂਬਲੀ ਕੰਸਟੀਟੂਐਂਸੀਸ ਐਂਡ 101% we are going to win all the 17 seats. Again I will welcome Supreme Court decision. So any decision on who will get the tickets, will these 15 rebel MLAs we will discuss today? We are having core committee meeting, our president ourselves, we are going to sit here there and we will take decision in the evening and we will take final decision. So lot of the high command be taken into consideration, sir. Will the high command also be part of this meeting BJP today? Are all the 17 people joining the BJP? Just wait up to evening. They all are coming in the evening. Okay. We will discuss with them also. I will discuss with the national leadership also. Okay. Outwards will come to some decision. We will take appropriate decision in the evening. ਉਧਰ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਦੇ ਕਾਂਗਰਸ ਦੇ ਸੀਨੀਅਰ ਆਗੂ ਸਿੱਧਰਮਈਆ ਨੇ ਵੀ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ಎರಡನೇ ಭಾಗ ಅವರು ಚುನಾವಣೆಗೆ ಈ ಅವಧಿ ಏನಿದೆ ಈ ಅವಧಿ ಆಯ್ಕೆ ಆಗಿದೆ, ಈ ಅವಧಿಗೆ ಪೂರ್ಣ ನಿರ್ಬಾರದು ಅಂತಕ್ಕಂಥದ್ದು ಇನ್ನೊಂದು ಭಾಗ.